ਸਤਿ ਸ੍ਰੀ ਅਕਾਲ ਡਾਕਟਰ ਸੰਲੋਖਿੰਗ ਚੰਡੀਗੜ੍ਹ ਤੋਂ ਅੱਜ ਤੁਹਾਨੂੰ ਮੈਂ ਇੱਕ ਨਵੀਂ ਕੁਝ ਅਪਡੇਟ ਆਈ ਸੀਗੀ ਕੋਰੋਨਾ ਵਾਸਤੇ ਉਹਦੇ ਵਾਇਰਸ ਦੇ ਸਾਈਜ਼ ਦੇ ਤੇ ਉਹਦੇ ਸਟਰਕਚਰ ਵਾਸਤੇ ਕਿ ਉਹਦਾ 3D ਸਟਰਕਚਰ ਬਣਾਤਾ ਹੈ ਉਹਨਾਂ ਨੇ ਯੂਨੀਵਰਸਿਟੀ ਆਫ ਗਲਾਸਗੋ ਨੇ ਤੇ ਸ਼ਾਇਦ ਯੂਕੇ ਚ ਹੈਗੀ ਹੈ ਤੇ ਉਹ ਤੁਹਾਨੂੰ ਮੈਂ ਦੱਸਦਾ ਅੱਜ ਨਵੀਂ ਅਪਡੇਟ ਕੀ ਹੈਗੀ ਹੈ ਉਹਦਾ ਹੁਣ ਸਾਰੇ ਲੋਕੀ ਪਿੱਛੇ ਪੈ ਗਏ ਨੇ ਇਹਦੇ ਵਾਇਰਸ ਦੇ ਤੇ ਉਹਦੀ ਹੁਣ ਸ਼ਕਲਾਂ ਪਤਾ ਲੱਗ ਰਹੀਆਂ ਕਿਸ ਤਰੀਕੇ ਨਾਲ ਬਣਿਆ ਹੈ ਤੇ ਇਹਦੀ ਜਿਹੜੀ ਸ਼ਕਲ ਹੈਗੀ ਹੈ ਇਹਦਾ ਸਾਈਜ਼ ਹੈਗਾ ਉਹ ਤੋਂ ਮੈਂ ਦੱਸਦਾ ਕਿੰਨਾ ਮਹੀਨ ਹੈਗਾ ਆਪਾਂ ਸੋਚ ਵੀ ਨਹੀਂ ਸਕਦੇ ਜਿਹੜਾ ਆਪਣਾ ਸੈੱਲ ਹੈਗਾ ਉਹ 1 ਐਮ ਐਮ ਦੇ ਦਸਵੇਂ ਹਿੱਸੇ ਜਿੰਨਾ ਆਏਗਾ ਆਪਣਾ ਸੈੱਲ ਜਿਹੜਾ ਸਾਡਾ ਸੈੱਲ ਹੈਗਾ ਆਪਣੇ 1 ਐਮ ਐਮ ਸਕੇਲ ਦੇ ਵਿੱਚ ਦਸਵੇਂ ਦਸਵਾਂ ਪਾਰਟ ਹੈ ਉਹਦਾ ਤੇ ਸਾਡੇ ਸੈੱਲ ਦਾ ਜਿਹੜਾ ਦਸਵਾਂ ਪਾਰਟ ਹੈਗਾ ਉਹ ਹੈਗਾ ਬੈਕਟੀਰੀਆ ਬਹੁਤ ਛੋਟਾ ਹੁੰਦਾ ਹੈ ਸਾਡੇ ਸੈਲ ਤੋਂ 10 ਗੁਣਾ ਛੋਟਾ ਹੁੰਦਾ ਹੈ ਤੇ ਬੈਕਟੀਰੀਆ ਤੋਂ 10 ਗੁਣਾ ਛੋਟਾ ਵਾਇਰਸ ਹੁੰਦਾ ਹੈ ਮਤਲਬ ਕਿ ਸੈਲ ਸਾਡੇ ਸੈਲ ਤੋਂ 100 ਗੁਣਾ ਛੋਟਾ ਵਾਇਰਸ ਹੁੰਦਾ ਹੈ ਕਿੰਨਾ ਮਹੀਨਾ ਦੇਖੋ ਸਾਡੇ ਸੈਲ ਜੋ ਐਮ ਐਮ ਦਾ 10 ਗੁਣਾ ਇੱਕ 파ਟ ਹੈ ਉਸ ਦਾ ਵੀ ਇਹ 100 ਗੁਣਾ ਛੋਟਾ ਇਹ ਹਿੱਸਾ ਹੈਗਾ ਜੋ ਦਿਖਦਾ ਨਹੀਂ ਹੈ ਲਾਈਟ ਦੇ ਵਿੱਚ ਮ ਮਲ ਮਾਈਕਰੋਸਕੋਪ ਦੇ ਵਿੱਚ ਨੋਰਮਲ ਮਾਈਕਰੋਸਕੋਪ ਵਿੱਚ ਅਸੀਂ ਦੇਖ ਨਹੀਂ ਸਕਦੇ ਇਹਨੂੰ ਇਲੈਕਟ੍ਰੋਨ ਮਾਈਕਰੋਸਕੋਪ ਵਿੱਚ ਦੇਖਿਆ ਜਾਂਦਾ ਹੈ ਜਿਹਦੇ ਵਿੱਚ ਇਲੈਕਟ੍ਰੋਨ ਯੂਜ਼ ਹੁੰਦੇ ਆ ਜੋ ਬਰੀਕੀਆਂ ਦੇਖਦੇ ਆ ਇਹਦੀ ਸਤਹ ਤੇ ਇਹ ਯੂਨੀਵਰਸਿਟੀ ਆਫ ਗਲਾਸਗੋ ਨੇ 3D ਇਮੇਜ ਕੱਢੀ ਸੀ ਤੁਹਾਨੂੰ ਮੈਂ ਅੱਜ ਪੇਸ਼ ਕਰਦਾ ਹਾਂ ਦੇਖੋ ਤੁਸੀਂ ਤੇ ਪੰਜਾਬੀਆਂ ਭਰਾਵਾਂ ਵਾਸਤੇ ਕਿ ਤੁਸੀਂ ਵੀ ਸਮਝੋ ਕਿ ਸਾਇੰਸ ਕਿੱਥੇ ਜਾ ਰਹੀ ਹੈ ਆ ਦੇਖੋ ਇਹ ਫੋਟੋ ਦਿਖਾਉ ਜੀ ਤੁਸੀਂ ਇਹ ਬਣਾਈ ਹੈ ਇਹ 3D ਇਮੇਜ ਹੈਗੀ ਹੈ ਇਹਦੀ ਆ ਸਪਾਈਕ ਪ੍ਰੋਟੀਨ ਹੈ ਜਿਹੜੇ ਸਾਰੇ ਸੈੱਲਾਂ ਜੁੜਦੇ ਨੇ ਇਹ ਸੈੱਲ ਦੇ ਵਿੱਚ ਜੁੜ ਕੇ ਆਪਣੇ ਹਿੱਸੇ ਨੂੰ ਅੰਦਰ ਵੜਦਾ ਹੈ ਕਿਸੇ ਤੇ ਅੰਦਰ ਵੜਦਾ ਹੈ ਆਪਣੇ RNA ਨੂੰ ਕਿਸ ਤਰ੍ਹਾਂ ਵੜਦਾ ਮੈਂ ਤੁਹਾਨੂੰ ਸਮਝਾਉਂਗਾ ਇਹ ਸਪਾਈਕ ਹੈ ਇਹ ਡਾਇਮੰਡ ਵਰਗਾ ਹੈ ਭਈ ਨਾਮ ਦਾ ਕਰੋਨਾ ਹੈ ਭਈ ਨਾਮ ਕਰੋਨਾ ਪਿਆ ਹੈ ਦਾ ਆ ਐਨਵੈਲਪ ਪ੍ਰੋਟੀਨ ਹੈ ਦੇਖੋ ਆ ਹਰਾ ਜਿਆ ਇਹ ਆ ਆਲਾ ਐਨਵੈਲਪ ਪ੍ਰੋਟੀਨ ਇਹਦਾ ਕੀ ਕੰਮ ਹੈਗਾ ਇਹ ਦੀ ਇੱਕ ਕਿਸਮ ਦੀ ਹੱਡੀ ਵਾਂਗ ਕੰਮ ਕਰਦਾ ਹੈ ਇਹਦੀ ਸ਼ੇਪ ਬਣਾ ਕੇ ਰੱਖਦਾ ਹੈ ਐਨਵੈਲਪ ਐਨਵੈਲਪ ਲਫਾਫਾ ਐਨਵੈਲਪ ਪ੍ਰੋਟੀਨ ਐ ਅਦਰ ਕੋਸ਼ੀ ਦੇ ਅੰਦਰ ਦੇ ਵਿੱਚ ਤੇ ਜਿਹੜਾ ਆ ਹੈਗਾ ਨੀਲੇ ਦੇਲੇ ਡਾਟ ਪਏ ਹੋਏ ਨੇ ਇਹ ਮੈਂਬਰੇਨ ਪ੍ਰੋਟੀਨ ਹੈ ਆ मिलले डॉट ए दा काम ਕੀ ਹੈ ਇਹ ਦੀ ਬਾਹਰੀ ਸ਼ਕਲ ਬਣਾ ਕੇ ਰੱਖਦਾ ਹੈ ਵਾਇਰਸ ਦੀ ਸ਼ਕਲ ਠੀਕ ਹੈ ਜੀ ਇਹ ਸ਼ਕਲ ਬਣਾ ਕੇ ਰੱਖਦਾ ਹੈ ਵਾਇਰਸ ਪ੍ਰੋਟੀਨ ਜਿਹੜਾ ਹੈਗਾ ਇਹ ਨੂੰ ਆਪਾਂ ਬੋਲਦੇ ਆ ਮੈਂਬਰੇਨ ਪ੍ਰੋਟੀਨ ਠੀਕ ਹੈ ਜੀ ਆ ਜਿਹੜੇ ਵਿਚਕਾਰ ਲ ਜਿਹੜਾ ਫਿੱਕਾ ਫਿੱਕਾ ਰੰਗ ਹੈ ਇਹ ਹੈਗਾ ਫੈਟ ਤਾਂ ਹੀ ਤੁਹਾਨੂੰ ਮੈਂ ਕਿਹਾ ਸੀਗਾ ਕਿ ਘਰ ਦੇ ਸਾਬਣ ਨਾਲ ਹੱਥ ਸਾਫ਼ ਕਰੋ ਇਹ ਫੈਟ ਖੁੱਲ ਜਾਏਗਾ ਵਾਇਰਸ ਮਰ ਜਾਏਗਾ ਮੈਂ ਰਪੀਟ ਨਹੀਂ ਕਰਨਾ ਅੱਜ ਇਹ ਇਹ ਇਨਵੈਸਟੀਟੀ ਆਫ ਗਲਾਸਕੋ ਦੀ ਫੋਟੋ ਹੈਗੀ ਹੈ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਇਹਨੂੰ ਆਪਾਂ ਕੱਟਦੀ ਹੈ ਏਦਾਂ ਆ ਸ਼ੇ ਬਣਦੀ ਹੈ ਦੇਖੋ ਧਿਆਨ ਨਾਲ ਅੰਦਰੇ ਡਾ ਬਣਨਾ ਹਰ ਹਰਾ ਇਹ ਕੁਛ ਨਹੀਂ ਹੈ ਇਹ ਐਨ ਪ੍ਰੋਟੀਨ ਹੈ ਇਹ ਨਿਊਕਲੀਓਟਾਈਡ ਪ੍ਰੋਟੀਨ ਹੈਗਾ ਇਹ ਦੇ ਵਿੱਚ ਅੰਦਰ ਸਤਾਨ ਬਿਠਾਇਆ ਵਿੱਚ ਉਹ ਦਿਖਾਵਾਂ ਕਿੱਥੇ ਬੈਠਾ ਤੇ ਜਿਹੜਾ ਆ ਬਾਹਰਲੀ ਸਤਹ ਹੈਗੀ ਹੈ ਦੇਖੋ ਧਿਆਨ ਨਾਲ ਇਹ ਐਨਵੈਲਪ ਪ੍ਰੋਟੀਨ ਆ ਗਿਆ ਐਨਵੈਲਪ ਪ੍ਰੋਟੀਨ ਤੇ ਇਹ ਦੀ ਸ਼ੇਪ ਬਣਾ ਕੇ ਰੱਖਦਾ ਤੇ ਜਿਹੜਾ ਆ ਹੈਗਾ ਮੈਂਬਰੇਨ ਪ੍ਰੋਟੀਨ ਆ ਦਿਨ ਲਲਾ ਦੇਖੋ ਧਿਆਨ ਨਾਲ ਨੀਲਾ ਨੀਲਾ ਸਾਈਟ ਤੇ ਇਹ ਇਹ ਜਿਹੜੀ ਨਵੇਂ ਵਾਇਰਸ ਬੰਦੇ ਨੇ ਉਹਦੀ ਬਾਹਰਲੀ ਸਤਹ ਬਣਾਉਂਦਾ ਹੈ ਇਹ ਬਾਹਰਲੀ ਸਤਹ ਬਣਾਉਂਦਾ ਹੈ ਨਵੇਂ ਵਾਇਰਸ ਦੀ ਐਸ ਪਰ ਜੋ ਇਨਵੈਸਟੀਗੇਸ਼ਨ ਨੇ ਦੱਸਿਆ ਹੈ ਇਹਦੇ ਵਿੱਚ ਟਵਿੱਟਰ ਦੇ ਵਿੱਚ ਤੇ ਆਹ ਸਪਾਈਕਸ ਨੇ ਸਪਾਈਕਸ ਦਾ ਕੰਮ ਹੈਗਾ ਹੈ ਸਾਡੇ ਸੈੱਲ ਦੇ ਨਾਲ ਮੇਲ ਕਰਨਾ ਸਾਡੇ ਸੈੱਲ ਦੇ ਨਾਲ ਜੁੜਨਾ ਸਾਡੇ ਸੈੱਲ 'ਚ ਬੰਨਾ ਇਹਦਾ ਕੰਮ ਹੈਗਾ ਤੇ ਇਹ ਸੈੱਲਾਂ ਜੁੜਦਾ ਹੈ ਅੱਗੇ ਅਗਲੇ ਕੰਮ ਇਹਦੇ ਅਗਲੇ ਕੈਸੇ ਕਰਦੇ ਨੇ ਇਹ ਸਤ੍ਹਾ ਉੱਤੇ ਕਈ ਚੀਜ਼ਾਂ ਪਾਈ ਜਾਂਦੀਆਂ ਨੇ ਉਹ ਤਾਂ ਮੈਂ ਦਿਖਾਉਣਾ ਕਿਸ ਤਰ੍ਹਾਂ ਹੁੰਦਾ ਆ ਤੁਸੀਂ ਹੋਰ ਡਿਟੇਲ ਚੜੇ ਜਾਓ ਇਹ ਦੇਖੋ ਇਹ ਇਹ ਇਹਦੇ ਸਪਾਈਕ ਪ੍ਰੋਟੀਨ ਉੱਪਰ ਹੋਰ ਡੇਰੇ ਜਾ ਕੇ ਦੇਖੀਏ ਅਗਰ ਹੋਰ ਡੇਰੇ ਜਾ ਕੇ ਦੇਖੀਏ ਅਗਰ ਤੇ ਆਹ ਚੀਜ਼ ਬਣਦੀ ਹੈ ਆਹ ਸਪਾਈਕ ਪ੍ਰੋਟੀਨ ਹੈ ਆ ਐਂਬਲਪ ਪ੍ਰੋਟੀਨ ਹੈ ਆ ਫੈਟ ਦੇਖੋ ਆ ਆ ਫੈਟ ਹੈ ਆ ਜਿਹੜਾ ਸੀਗਾ ਨਾ ਹਰਾ ਹਰਾ ਜਿਆ ਜਿਹੜਾ ਇਹ ਪੈਕਿੰਗ ਮਟੀਰੀਅਲ ਸੀਗਾ ਐਨ ਪ੍ਰੋਟੀਨ ਇਹ ਇਹ ਪੈਕ ਕੀਤਾ ਹੋਇਆ ਹੈ ਇਹਨੇ ਕੁਝ ਛੁਪਾਇਆ ਹੋਇਆ ਹੈ ਕੁਝ ਇਹ ਆ ਰਹੇ ਦੇ ਨੂੰ ਇਹ ਤੁਹਾਨੂੰ ਮੈਂ ਇਹ 3D ਇਮੇਜ ਦਿਖਾਣਾ ਹੈ ਤੇ ਤੁਸੀਂ ਮੇਰੇ ਪਹਿਲੇ ਗੱਲ ਸਮਝੋ ਇੱਕ ਕਿ ਜਿਹੜਾ ਇਹ ਜਿਹੜਾ ਇਹਦੀ ਸਤ੍ਹਾ ਦੇ ਉੱਤੇ ਇਹਦੀ ਸਤ੍ਹਾ ਦੇ ਉੱਤੇ ਜਿਹੜਾ ਪాయిਜ਼ਨ ਮਿਲਦਾ ਹੈ ਜਿਹਨੂੰ ਆਪਾਂ ਬੋਲਦੇ ਆ ਉਹ ਆਰ ਐਫ ਹੈ ਨਾ ਜਿਹੜਾ ORF ਮਿਲਦਾ ਹੈ ਸਤਾ ਦੇ ਉੱਤੇ ਤੇ ਉਹ ਜਿਹੜਾ ORF ਮਿਲਦਾ ਹੈ ਉਹ ਸਾਡੇ ਕੀ ਕਰਦਾ ਹੈ ਕਿ ਸਾਡਾ RBC ਹੈ ਨਾ ਸਾਡਾ RBC ਹੈ ਉਹਦੇ ਵਿੱਚ ਉਹਦੇ ਵਿੱਚ ਨਿਊਕਲੀਅਸ ਹੁੰਦਾ ਨਹੀਂ ਹੈ RBC ਦੇ ਵਿੱਚ ਤੇ ਉਹਦੇ ਵਿੱਚ ਤੁਹਾਨੂੰ ਫਾਇਦਾ ਹੋਛ ਹੁੰਦਾ ਨਹੀਂ ਹੈ ਇਹ RBC ਡਿਸਟロイ ਕਰਦਾ ਹੈ RBC ਦੇ ਰਿੰਗ ਦੇ ਵਿੱਚ ਕੀ ਹੁੰਦਾ ਆ ਪ੍ਰੋਫਾਈਲਿੰਗ ਰਿੰਗ ਹੈਗੀ ਹੈ ਆ ਆਇਰਨ ਹੈਗਾ ਇਹ ਬਾਹਰ ਕੱਢ ਦਿੰਦਾ ਹੈ ਇਹ ਖੂਨ ਨੂੰ ਜਮਾ ਦਿੰਦਾ ਹੈ ਲੰਗਸ ਦੇ ਵਿੱਚ ਦੇਨ ਲੋਕੀਆ ਸ਼ਹੀਦ ਮਰੇ ਨੇ ਇਸ ਬਿਮਾਰੀ ਦੇ ਨਾਲ ਉਹਨਾਂ ਦੇ ਫੇਵਰੇਟ ਵਿੱਚ ਖੂਨ ਜੰਮਿਆ ਹੋਇਆ ਮਿਲਿਆ ਸਾਨੂੰ ਖੂਨ ਜੰਮਿਆ ਹੋਇਆ ਮਿਲਿਆ ਕਿਉਂਕਿ ਇਹ ਪ੍ਰੋਫਾਇਰਿੰਗ ਦੇ ਵਿੱਚ ਇਹ ਆਇਰਨ ਨੇ ਅਟੈਕ ਕਰਦਾ ਹੈ ਇਹਦੀ ਸਰਫੇਸ ਤੇ ਵਾਇਰਸ ਦੀ ਜਿਹੜੀ ਉੱਪਰਲੀ ਸਰਫੇਸ ਹੈਗੀ ਹੈ ਜਿਹੜਾ ਇੰਨਾ ਛੋਟਾ ਜਿਹਾ ਹੈ ਸਾਡੇ ਸੈਲ ਤੋਂ 100 ਗੁਣਾ ਛੋਟਾ ਠੀਕ ਹੈ ਜੀ ਇਹ ਸਤਰ ਦੇ ਪੰਦਾ ਹੈ ORF ਤੇ ORF ਜਿਹੜਾ ਹੈਗਾ ਇਹ ਇਸ ਆਇਰਨ ਨੂੰ ਬਾਹਰ ਕਰ ਦਿੰਦਾ ਹੈ ਤੇ ਇਹ ਕਲੌਟ ਹੋ ਜਾਂਦਾ ਹੈ ਸਾਰੇ ਸਾਡਾ ਖੂਨ ਜੰਮ ਜਾਂਦਾ ਹੈ ਫੇਫੜਿਆਂ ਦੇ ਵਿੱਚ ਇਹਦਾ ਇਹਦਾ ਇੱਕ ਵੈਸੀ ਸਕੈਂਡਰੀ ਜਿਹੜਾ ਹੈਗਾ ਇਹ ਵੀ ਰੀਜ਼ਨ ਹੈਗਾ ਡੈਥ ਦਾ ਲੇਕਿਨ ਮੇਨ ਡੈਥ ਦਾ ਰੀਜ਼ਨ ਆਪਣੇ ਬੱਚੇ ਕੈਮ ਫਾਇਦਾ ਕਰਦਾ ਹੈ ਆ ਦੇਖੋ ਇਹ ਦੇਖੋ 3D ਇਮੇਜ ਹੈ ਧਿਆਨ ਨਾਲ ਦੇਖੋ 3D ਇਮੇਜ ਹੈ ਸੇਮ ਬੋਈ ਚੀਜ਼ ਹੈ ਦੇਖੋ ਆ ਸਪਾਈਕ ਹੈ ਆ ਸਪਾਈਕ ਪ੍ਰੋਟੀਨ ਹੈ ਆ ਸਪਾਈਕ ਪ੍ਰੋਟੀਨ ਹੈ ਸਾਢੇ ਸਾਢਾ ਜੁੜਦੀ ਹੈ ਠੀਕ ਹੈ ਤੇ ਆ ਐਂਬਲਪ ਪ੍ਰੋਟੀਨ ਹੈ ਆ ਦੇਖੋ ਫੈਟ ਪ੍ਰੋਟੀਨ ਹੈ ਠੀਕ ਹੈ ਆ ਮੈਂਬਰਨ ਪ੍ਰੋਟੀਨ ਹੈ ਆ ਵਾਲਾ ਅੰਨਿੱਲਾ ਜਿਆ ਆ ਤੇ ਆਣਾ ਦੇਖੋ ਕਿ ਆ ਨਿਕਲੀਓਟਾਈਡ ਸੀਗਾ ਐਂਡ ਪ੍ਰੋਟੀਨ ਇਹਦੇ ਪਿਛਲੇ ਰਿੰਗ ਕੁੰਬਰੀਆ ਰਿੰਗ ਦੇ ਕੋ ਰਿੰਗ ਕੁੰਬਰੀਆ ਰਿੰਗ ਗੋਲ ਗੋਲ ਇਹ ਆਰ ਐਨ ਐ ਹੈ ਇਹ ਹੈ ਅਸਲੀ ਆਈਟਮ ਇਹ ਆਰ ਐਨ ਐ ਦੇਖੋ ਥੱਲੇ ਐ ਦਿਖਦਾ ਹੈ ਸਾਈਡ ਤੋਂ ਐ ਦਿਖਦਾ ਹੈ ਦੇਖੋ ਧਿਆਨ ਨਾਲ ਮੈਂ ਦੀ ਇਮੇਜ 3D 3D ਇਮੇਜ ਹੈਗੀ ਹੈ ਇਹ ਯੂਨੀਵਰਸਿਟੀ ਆਫ ਗਲੇਸਗੋ ਨੇ ਆਪਣੇ ਟਵਿੱਟਰ ਤੇ ਪਾਈ ਸੀ ਮੈਂ ਕਿ ਆਪਣੇ ਪੰਜਾਬੀ ਭਰਾਵਾਂ ਨੂੰ ਵੀ ਦਿਖਾ દਈਏ ਵਿਚਾਰੇ ਰਹਿ ਦਿੰਦੇ ਪਿੱਛੇ ਦੇਖ ਲੋ ਠੀਕ ਹੈ ਭਾਜੀ ਪਤਾ ਲੱਗ ਗਿਆ ਹੁਣ ਇਹ ਵਾਇਰਸ ਦਾ ਜਿਹੜਾ ਹਿੱਸਾ ਹੈਗਾ ਆਜ ਸਾਡੇ ਸੈੱਲਾਂ ਜੁੜਦਾ ਹੈ ਆ ਸਾਡੇ ਸੈੱਲ ਦੇ ਨਾਲ ਇਹ ਫੈਟ ਹੈ ਇਹਦੀ ਕਵਰਿੰਗ ਦੇ ਰਿਹਾ ਹੈ ਆ ਸਾਡੇ ਸੈੱਲ ਦੇ ਵਿੱਚ ਖੁੱਪਦਾ ਹੈ ਤੇ ਉਸ ਖੁੱਪ ਕੇ ਆਪਣੇ ਅਸਮਾਨ ਨੂੰ ਛੱਡ ਦਿੰਦਾ ਹੈ ਵਿੱਚ ਆ ਇਹਦੀ ਕਵਰਿੰਗ ਹੈ ਆ ਪੈਕਿੰਗ ਮਟੀਰੀਅਲ ਹੈ ਆਹੜਾ ਹਰਾ ਵਾਲਾ ਇਹਨੂੰ ਐਂਡ ਪ੍ਰੋਟੀਨ ਕਹਿੰਦੇ ਆ ਜਿਹੜਾ ਇਹ ਆਰਐਨਏ ਹੈ ਨਾ ਆ ਆਰਐਨਏ ਇਹਦੀ ਨਹੀਂ ਸ਼ਕਤੀ ਹੈਗੀ ਹੈ ਇਹ ਸਾਡੇ ਸੈੱਲ ਦਾ ਮਟੀਰੀਅਲ ਆਪਣੇ ਆਪਸ ਵਿੱਚ ਜਾਣ ਹੀ ਹੈਗੀ ਇਹਦੀ ਇਹਦੀ ਆਪ ਵਿੱਚ ਜਾਣ ਨਹੀਂ ਹੈਗੀ ਇਹ ਸਾਡੇ ਸੈੱਲ ਦਾ ਹੀ ਡੀਐਨਏ ਚੋਂ ਹਿੱਸਾ ਕੱਢ-ਕੱਢ ਕੇ ਆਪਣੀਆਂ ਫੋਟੋਕਾਪੀਆਂ ਬਣਾ-ਬਣਾ ਕੇ ਜਿਹੜੀ ਮੈਂਬਰਨ ਪ੍ਰੋਟੀਨ ਹੈਗੀ ਹੈ ਉਹ ਉਹਨੂੰ ਸਕਲ ਇੱਕ ਇੱਕ ਸੈੱਲ ਦੇ ਵਿੱਚ ਜਾ ਕੇ ਪਤਾ ਨਹੀਂ ਕਿੰਨੇ ਹਿੱਸੇ ਬਣਾ ਲੈਂਦਾ ਆਪਣੇ ਕਿੰਨੀ ਕਾਪੀਆਂ ਬਣਾ ਲੈਂਦਾ ਤੇ ਅੱਗੇ ਵਧਦਾ ਜਾਂਦਾ ਇਹ ਇਸ ਤੇ ਕਿਹਨਾ ਅਟੈਕ ਕਰ ਰਿਹਾ ਹੈ ਇਹ ਜਿਹੜੇ ਨਵੀਂ ਐਮਐ ਸੀਗੀ ਤਰ ਮੈਂ ਆਪਣੇ ਜਿਹੜੇ ਮੇਰੇ ਪ੍ਰੇਮੀ ਹੈਗੇ ਆ ਸਾਰੇ ਤੁਮਨ ਮੈਂ ਕਹਾਂ ਦੱਸ ਦਵਾ ਕਿ ਇਹ ਨਵੀਂ ਇਮੇਜ ਆਈ ਹੈ ਯੂਨੀਵਰਸਿਟੀ ਆਫ ਗਲਾਸਗੋ ਨੇ ਕੱਢੀ ਹੈ ਤੇ ਸਾਡੇ ਸਾਇੰਟਿਸਟ ਵੀ ਲੱਗੇ ਹੋਏ ਨੇ ਹੌਲੀ ਹੌਲੀ ਇਹ ਤਰੱਕੀ ਹੁੰਦੀ ਜਾਏਗੀ ਵੈਕਸੀਨ ਬਣੇਗੀ ਸਬਦਾ ਹੱਲ ਹੋ ਜਾਏਗਾ ਤੇ ਜਦ ਤੱਕ ਵੈਕਸੀਨ ਨਹੀਂ ਬਣਦੀ ਅਸੀਂ ਹੱਤ ਨੂੰ ਇਹ ਜਿਹੜਾ ਫੈਟ ਨਾ ਦੇਖੋ ਆ ਫੈਟ ਦਾ ਦਵਾ ਦਿਖਾ ਰਹੇ ਆ ਆ ਫੈਟ ਆ ਦੇਖੋ ਆ ਫੈਟ ਆ ਨੀਲਾ ਆ ਫੈਟ ਸਭਨਾ ਤੋਵਾਂਗੇ ਵਾਇਰਸ ਦਾ ਸੱਤਿਆ ਨਾਸ ਹੋ ਜਾਣਾ ਆ ਆ ਇਸ ਆਪਾਂ ਸਾਬਣ ਨਾਲ ਧੋਵਾਂਗੇ ਸਭ ਕੁਝ ਖਤਮ ਹੋ ਜਾਏਗਾ ਫਿਲਹਾਲ ਸਾਡੇ ਕੋਲ ਜਿਹੜਾ ਹੱਲ ਹੈਗਾ ਉਹ ਹੈਗਾ ਸਾਬਣ ਨਾਲ ਅਸੀਂ ਹੱਥ ਧੋਈਏ ਸੈਨੀਟਾਈਜ਼ ਰੱਖਿਏ ਸਾਫ਼ ਸੁਥਰਾ ਰੱਖਿਏ ਤੇ ਜਗਾ ਜਗਾ ਤੇ ਹੱਥ ਧਣਾ ਲਾਈਏ ਤੇ ਬਾਕੀ ਤੁਸੀਂ ਆਪਣਾ ਖਿਆਲ ਰੱਖੋ ਕੋਈ ਵੀ ਅਪਡੇਟ ਹੋਏਗੀ ਸੰਤੋਖ ਕਲੀਨਿਕ ਵੱਲੋਂ ਤੁਹਾਨੂੰ ਦਿੱਤੀ ਜਾਏਗੀ ਮੇਰਾ ਕਿ ਬਹੁਤ ਕੋਸ਼ਿਸ਼ ਕਰ ਰਿਹਾ ਕਿ ਮਿਲਣ ਦੀ ਮੈਂ ਕਿੱਥੇ ਆ ਮੈਂ ਚੰਡੀਗੜ੍ਹ ਚ ਬੜੀ ਕਲੀਨਿਕ ਹੈਗੀ ਹੈ ਮੇਰਾ ਫੋਨ ਨੰਬਰ ਹੈਗਾ 987